सारे दर्शकों का स्वागत है। न्यूज़ बुलेटिन की शुरुआत करते हैं कुछ खास खबरों के नाल। चीन ने एक बार फिर खानी पई मूंह दी, भारतीय फौज ने दिता मूंह तोड़ जवाब। सिलेंडर ब्लास्ट ने किया सब चकनाचूर, परिवार वाले बुरी तरह झुलसे। श्रोमणी अकाली दल यूथ आगू का कातल चढ़िया कुछ ही घंटिया च पुलिस के हथे। आओ हुण नजर मार लैने आ कुछ विस्तार दे नाल खबरां ते। फिरोजपुर दे विच बीते दिनी पई बरसात दे नाल जिथे शहर वासियों नूं परेशानियां दा सामना करना पिया सी, उत्थे हुण बरसात दे पानी ने किसानां दे खेतां दे वल रुख कर लिया है, जिस दे नाल किसानां दी 20,000 एकड़ दे करीब फसल दा नुकसान हो चुक्या है। आओ तुहानूं इह तस्वीरां विखाउने आ। खेतां च वड़िया पानी, किसान होए परेशान। ना कोई पुख्ता प्रबंध, ना कोई पुछण वाला बात। तस्वीरां फिरोजपुर दियां ने जिथे पिछे दिनी पए मीह ने लोकां दियां परेशानियां ते वधाईयां ही वधाईयां, पर किसानां नूं भी नहीं छड्डिया। जी हां, उन्हां दे खेतां दे विच पानी वड़ चुका है अते ओह बेहद परेशान हो चुके ने। बरसात दे पानी नूं लै के कोई पुख्ता प्रबंध ना होण दे चलदे पिछले दिनी पए मीह ने फसलां नूं बर्बाद कर दित्ता है। किसानां दा कहना है कि ओह पहलां ही केंद्र सरकार दियां जिहड़ियां खेतीबाड़ी नूं लै के नीतियां ने उस तों पहलां ही परेशान ने। उत्तों दी कुदरत ने भी उन्हां दे उत्ते कहर बरसाया है। ਆਸ਼ਵਾਸਨ ਮਿਲਿਆ ਹੈਗਾ ਤੇ ਤੁਸੀਂ ਇੱਥੋਂ ਜਿਹੜਾ ਜਾਮ ਚੱਕ ਰਹੇ ਹੋ? ਵੇਖੋ ਜੀ, ਅਸੀਂ ਲੰਮੇ ਸਮੇਂ ਤੋਂ ਨਾਰਾ ਲਾਉਂਦੇ ਆ ਰਹੇ ਹਾਂ ਕਿ ਜਿੱਤ ਲੜਦੇ ਹੋਏ ਲੋਕਾਂ ਦੀ। ਸੋ ਅੱਜ ਇਹ ਲੜਦੇ ਹੋਏ ਲੋਕਾਂ ਦੀ ਜਿੱਤ ਹੋਈ ਹੈ, ਜਿਨ੍ਹਾਂ ਨੇ ਕੱਲ੍ਹ ਤੱਕ ਸਾਨੂੰ ਜਵਾਬ ਦਿੱਤਾ ਸੀ ਕਿ ਅਸੀਂ ਕੱਖ ਵੀ ਨਹੀਂ ਕਰ ਸਕਦੇ। ਉਹੀ SDM ਅੱਜ ਸਾਡੇ ਇੱਥੇ ਆਇਆ ਹੈ, ਉਹਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਅਸੀਂ 20 ਮੋਟਰਾਂ ਚੱਲਦੀਆਂ ਕਰ ਦਿਆਂਗੇ। 4 ਮੋਟਰਾਂ ਹੁਣੇ ਮਤਲਬ ਐਸੇ ਟਾਈਮ 'ਤੇ ਆ ਗਿਆ ਬੰਦਾ, ਉਹ ਲਾ ਦਿੰਦਾ ਹੈ। ਬਾਕੀ 6-6 ਮੋਟਰਾਂ ਹੋਰ, ਮਤਲਬ 20 ਮੋਟਰਾਂ ਅਸੀਂ ਚਾਲੂ ਕਰ ਦਿਆਂਗੇ ਅੱਜ ਦੀ ਰਾਤ 'ਚ। ਉਹਦੇ ਤੋਂ ਬਿਨਾਂ ਤੁਸੀਂ ਮਤਲਬ ਆਪਦੇ ਤੌਰ 'ਤੇ ਆਪਦੇ ਕਿਸਾਨਾਂ ਤੋਂ ਮੋਟਰਾਂ ਲਵਾਓ, ਉਹਦਾ ਕਿਰਾਇਆ ਪ੍ਰਸ਼ਾਸਨ ਦੇਵੇਗਾ। 50,000 ਦਾ ਚੈੱਕ ਉਹਨੇ ਸਾਨੂੰ ਹੁਣੇ ਇੱਥੇ ਮੌਕੇ 'ਤੇ ਦਿੱਤਾ ਹੈ। ਉਹ ਕਹਿੰਦਾ ਸੀ ਇਹ ਖਰਚਾ ਜਾਏਗਾ ਕੱਲ੍ਹ ਤੱਕ, ਅਤੇ ਕੱਲ੍ਹ ਤੱਕ ਅਸੀਂ ਹੋਰ ਦੇ ਦਿਆਂਗੇ ਜੋ ਆਵੇਗਾ। ਇਹ ਫੈਸਲਾ ਹੋਇਆ। ਕਿੰਨੇ ਪਿੰਡਾਂ ਦੇ ਵਿੱਚ ਪਾਣੀ ਭਰਿਆ? ਦੇਖੋ ਜੀ, ਇਹ ਜਿਹੜਾ ਇਸ ਸੜਕ ਤੋਂ ਇੱਧਰ ਦੀ ਗੱਲ ਕਰੀਏ, ਇਹ ਤਾਂ ਇਹ 5-6 ਪਿੰਡ ਨੇ ਜਿਨ੍ਹਾਂ 'ਚ ਪਾਣੀ ਭਰਿਆ ਹੈ। ਇਹਨਾਂ ਦੀ ਮਤਲਬ 2,500 ਏਕੜ ਤੋਂ ਉੱਪਰ ਪੈ ਲਈ। ਪਰ ਜੇ ਐਂ ਗੱਲ ਕਰੀਏ, ਇੱਧਰ ਇਹ ਫਰੀਦਕੋਟ ਵਾਲਾ ਏਰੀਆ, ਅਤੇ ਫਿਰ ਇਹ 20 ਦੇ ਕਰੀਬ ਪਿੰਡ ਬਣਦੇ ਨੇ ਜਿਨ੍ਹਾਂ 'ਚ ਪਾਣੀ ਭਰਿਆ ਹੋਇਆ। 20,000 ਏਕੜ ਦੇ ਕਰੀਬ ਹੈ ਫਸਲ ਸਾਰੀ? ਹਾਂ, ਜਿਹੜਾ ਇਹ ਪੂਰਾ ਰਕਬਾ ਹੈ 20,000 ਏਕੜ ਦੇ ਕਰੀਬ ਹੈ, ਜਿਹੜਾ ਉਹਨੂੰ ਇਸ ਵਕਤ ਪਾਣੀ ਨੁਕਸਾਨ ਕਰ ਰਿਹਾ, ਔਰ ਇਹ ਪਿਛਲੇ 52 ਸਾਲ ਤੋਂ ਕਰ ਰਿਹਾ। ਉਹਦਾ ਪੱਕਾ ਹੱਲ ਕੋਈ ਨਹੀਂ ਹੋਇਆ? ਹਰ ਸਾਲ ਆਹੀ ਕੰਜਰ ਕਲੇਸ਼ ਹੈ, ਸੜਕ ਰੋਕੋ, ਕੁਛ ਕਰੋ ਤੇ ਹੱਲ ਹੁੰਦਾ, ਨਹੀਂ ਤੇ ਪੱਕਾ ਇਲਾਜ ਕੋਈ ਨਹੀਂ ਕਰ ਰਿਹਾ। ਕੀ ਹੋਣਾ ਚਾਹੀਦਾ, ਪੱਕਾ ਹੱਲ ਕੀ ਹੈ? ਇਹਦੇ ਨਾਲ ਸੂਬੇ ਸੀਮ ਨਾਲਾ ਕੱਢਿਆ ਜਾ ਸਕਦਾ, ਨਹਿਰ ਦੇ ਨਾਲ, ਨਹਿਰ ਦੇ ਵਿੱਚੋਂ ਸੈਲਫ ਬਣਾ ਕੇ ਥੱਲਿਓਂ ਦੀ, ਅਤੇ ਪਾਣੀ ਹੈ ਜਿਹੜਾ ਉਹ ਸੇਮ ਨਾਲੇ ਦੇ ਵਿੱਚ ਵੀ ਪਾਇਆ ਜਾ ਸਕਦਾ ਹੈ। ਜ਼ਿਆਦਾ ਨਹੀਂ, ਕੋਈ 2-4 ਕਰੋੜ ਦਾ ਹੀ ਪ੍ਰੋਜੈਕਟ ਹੈ, ਪਰ ਇੱਥੇ ਹਰ ਸਾਲ ਹੀ ਮਤਲਬ 20-25 ਲੱਖ ਲਾਉਂਦਾ ਪ੍ਰਸ਼ਾਸਨ, ਪਰ ਉਹ ਕੋਈ 2-4 ਕਰੋੜ ਲਾਉਣ ਨੂੰ ਤਿਆਰ ਨਹੀਂ। ਫਿਲਹਾਲ ਹੁਣ ਪ੍ਰਸ਼ਾਸਨ ਦੇ ਵੱਲ ਹੀ ਅੱਖਾਂ ਅੱਡ ਕੇ ਕਿਸਾਨ ਦੇਖ ਰਹੇ ਨੇ ਤਾਂ ਜੋ ਉਹਨਾਂ ਦੀ ਕੋਈ ਮਦਦ ਕਰ ਦਿੱਤੀ ਜਾਵੇ। ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜੇਕਰ ਉਹਨਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਤੇ ਉਹ ਧਰਨੇ ਤੇ ਬੈਠ ਜਾਣਗੇ। ਜਿਹੜਾ ਇੱਥੇ ਧਰਨਾ ਲਾਇਆ ਗਿਆ, ਕੀ ਮਾਮਲਾ ਸਰ, ਪ੍ਰਸ਼ਾਸਨ ਵੱਲੋਂ ਕੀ ਕੀਤਾ ਜਾ ਠੀਕ ਹੈ? ਉਹ ਤਾਂ ਗੱਲ ਭਾਰੀ ਬਾਰਿਸ਼ ਹੋਣ ਕਰਕੇ ਪਾਣੀ ਜਮ੍ਹਾਂ ਹੋਇਆ। ਨਹੀਂ ਨਹੀਂ, ਪੁੱਠਾ ਤਾਂ ਨਹੀਂ, ਜਿਹੜੀ ਨਹਿਰਾਂ ਨੇ, ਨਹਿਰਾਂ ਦੇ ਨਾਲ ਡਾਫ ਲੱਗੀ ਹੋਈ ਹੈ, ਅਤੇ ਪ੍ਰਸ਼ਾਸਨ ਨੂੰ ਪਾਣੀ ਕਢਾਉਣ ਦਾ ਪ੍ਰਬੰਧ ਕਰ ਰਿਹਾ। ਨਹੀਂ ਨਹੀਂ, ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਆਲਰੇਡੀ ਮਹਿਮਾ ਅਤੇ ਰੋੜਾਂ ਵਾਲੇ 2 ਪੁਆਇੰਟ ਬਣਾਏ ਗਏ ਆ, ਜਿਹੜੀਆਂ ਕਿ ਸਰਕਾਰੀ ਮੋਟਰ ਪਹਿਲਾਂ ਚੱਲ ਰਹੀਆਂ ਨੇ। ਹੋਰ ਪ੍ਰਬੰਧ ਹੁਣ ਸਰਕਾਰ ਗੱਲ ਕਰ ਰਹੀ ਹੈ, ਜਿਸ ਤਰ੍ਹਾਂ ਨਾਲ ਤੁਸੀਂ ਆਪ ਹੋ ਤੋ ਇਹ ਮੌਕਾ ਵੇਖੋ ਕਿ ਕਿਸਾਨ ਤੇ ਪਾਣੀ ਚੜੀ ਜਾਂਦਾ ਕਿ ਪਿਛਲੇ 6 ਦਿਨਾਂ ਤੋਂ ਲਗਾਤਾਰ ਪ੍ਰਸ਼ਾਸਨ ਨਾਲ ਤਾਲਮੇਲ ਕਰ ਰਿਹਾ, ਪ੍ਰਸ਼ਾਸਨ ਸੁਣ ਨਹੀਂ ਰਿਹਾ ਗੱਲ, ਔਰ ਪਾਣੀ ਦਾ ਨਿਕਾਸੀ ਨਾ ਹੋਣਾ, ਪਾਣੀ ਤਾਂ ਇਹ ਜ਼ਿਆਦਾ ਮਬਲ ਮੀ ਪਿਆ ਨਹੀਂ, ਤੁਹਾਡੀਆਂ ਪਾਣੀ ਹੈ ਤੇ ਕੀ ਕਾਰਨ ਰਹਿ ਗਿਆ ਸਰ? ਇਹ ਨਹੀਂ ਗੱਲ ਹੈ ਕਿ ਪ੍ਰਸ਼ਾਸਨ ਤਾਲਮੇਲ ਨਹੀਂ ਕਰ ਰਿਹਾ, ਮੈਂ ਪਹਿਲਾਂ ਦੱਸ ਚੁੱਕਾ ਕਿ ਦੋਨਾਂ ਥਾਵਾਂ ਤੇ ਸਾਡੇ 2 ਪੁਆਇੰਟ ਬਣੇ ਹੋਏ ਨੇ, ਮੋਟਰਾਂ ਚੱਲ ਰਹੀਆਂ ਨੇ, ਆਲਰੇਡੀ ਸਰਕਾਰੀ ਮੋਟਰਾਂ ਚੱਲ ਰਹੀਆਂ ਨੇ। ਗਲਾ ਰੋੜਾਂ ਵਾਲੇ 1 ਪੁਆਇੰਟ ਬਣਿਆ ਹੋਇਆ, 1 ਮਹੀਨੇ ਪੁਆਇੰਟ ਬਣਿਆ ਹੋਇਆ, ਪਰ ਉਹਨਾਂ ਦਾ ਮੰਨਣਾ ਕਿ 2 ਮੋਟਰਾਂ ਦੇ ਨਾਲ ਸਫੀਸ਼ੈਂਟ ਨਹੀਂ ਹੈ, ਪਾਣੀ ਨਹੀਂ ਨਿਕਲ ਸਕਦਾ, ਕਿਉਂਕਿ ਜਿਵੇਂ 20,000 ਏਕੜ ਦੱਸ ਰਿਹਾ, 20,000 ਏਕੜ 'ਚ 2 ਮੋਟਰਾਂ ਕਿੱਥੇ ਕੰਮ ਕਰੀਆਂ? ਡਰੇਨੇਜ ਵਿਭਾਗ ਨਾਲ ਤਾਲਮੇਲ ਚੱਲ ਰਿਹਾ ਜੀ, ਅਤੇ ਉਹ ਜਲਦੀ ਕੋਈ ਪ੍ਰਬੰਧ ਹੋ ਜਾਏਗਾ। ਕਦੋਂ ਤੱਕ ਇਹਨਾਂ ਦਾ ਪਾਣੀ ਦੀ ਨਿਕਾਸੀ ਹੋ ਜਾਏਗੀ ਸਰ? ਉਮੀਦ ਹੈ ਕਿ ਜਲਦੀ, ਕਿਉਂਕਿ ਪਾਣੀ ਜੇ ਬਾਰਿਸ਼ ਹੋਰ ਨਾ ਪਈ ਤਾਂ ਮੋਟਰਾਂ ਦਾ ਪ੍ਰਬੰਧ ਹੁਣੇ ਹੀ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਹੈ, ਜਿਹੜੀ ਤਾਲਮੇਲ ਕਮੇਟੀ ਹੈ, ਸੰਘਰਸ਼ ਕਮੇਟੀ ਬੈਠੀ ਇੱਥੇ, ਉਹਨਾਂ ਨਾਲ ਵੀ ਗੱਲ ਚੱਲ ਰਹੀ ਹੈ, ਜਲਦੀ ਮੋਟਰ ਦਾ ਪ੍ਰਬੰਧ ਹੋ ਜੂਗਾ। ਅਤੇ ਸਰ, ਜੇ ਇਹਨਾਂ ਗੱਲ ਕੀਤੀ ਜਾਵੇ, ਇਹਨਾਂ ਵੱਲੋਂ ਜਿਹੜਾ ਰੋਡ ਵੀ ਜਾਮ ਕੀਤਾ ਗਿਆ, ਮੁਕਤਸਰ ਆਫ ਫਰੀਦਕੋਟ ਜਾਂ ਰੋਡ ਜਾਮ ਕੀਤਾ ਗਿਆ, ਉਸ ਨੂੰ ਲੈ ਕੇ ਸਰ ਕਿਵੇਂ ਤੁਸੀਂ ਧਰਨਾ ਚੁਕਾਓਗੇ, ਉਹਨਾਂ ਦੇ ਕਿਵੇਂ ਰਹੇਗਾ? ਦੇਖੋ ਜੀ, ਕੋਸ਼ਿਸ਼ ਤਾਂ ਇਹੀ, ਹੁਣ ਗੱਲ ਚੱਲ ਰਹੀ ਹੈ ਕਿ ਜਿਵੇਂ ਵੀ ਸਾਡੀ ਗੱਲ ਸਾਰਥਕ ਹੁੰਦੀ ਹੈ ਤਾਂ ਬਿਲਕੁਲ ਧਰਨਾ ਚੁਕਾਇਆ ਜਾਊਗਾ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI। ਲੁਧਿਆਣਾ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਕੁਆਟਰਾਂ ਦੇ ਵਿੱਚ ਹੋਏ ਧਮਾਕੇ ਨੇ ਇਲਾਕੇ ਦੇ ਵਿੱਚ ਦਹਿਸ਼ਤ ਫੈਲਾ ਦਿੱਤੀ।
हादसे दे विच पति पत्नी समेत तीन बच्चे चुलस गए ने। दसनयोग है कि महिला की हालत गंभीर बनी हुई है। सिलेंडर दे विच ब्लास्ट होया सी। सिलेंडर ब्लास्ट ने इलाके दे विच फैलाई सनसनी। पूरा इलाका दहशत दे माहौल दे विच गया। जिया खौफनाक तस्वीर सिलेंडर ब्लास्ट दियां ने। लुधियाना दे वार्ड नंबर 8 अधीन बस्ती मनी सिंह गली नंबर 8 दे विच बीती रात 9 बजे दे करीब प्रवासी मजदूरां दे क्वार्टरां दे विच धमाका हो गया, जिसने इलाके दे विच सनसनी फैला दित्ती। ए धमाका सिलेंडर ब्लास्ट दा सी। इस हादसे दे विच पति पत्नी समेत तीन बच्चे जख्मी हो गए ने। तुहानू दस दिए कि महिला दी हालत गंभीर दसी जा रही है, जिस नूं देखदे होए उस नूं राजिंद्रा हस्पताल पटियाला रैफर कर दिता गया है। सूत्रां दी मनीए ते उन्हां तों इह जानकारी मिली है कि क्वार्टरां दे विच रहण वाले प्रवासी गैर कानूनी तरीके दे नाल मैस चला रहे सन। हादसे वाली जगह ते गैर कानूनी तरीके दे नाल सिलेंडर भरे जांदे सन। मेरा नाम चंद्रपाल है जी। मैं इत्थे ऐसे एरिया दा रहण वाला हैगा वां। ते इत्थे बेसिकली की है कि क्वार्टरस हैगे है, कुछ क्वार्टरस दे विच छोटे छोटे क्वार्टरस हैगे, उत्थे लेबर क्लास लोग रहिंदे है, माइग्रेंट हैगे है। ते ये अपना खाना बनाते हैं, ये अपना होर एक्टिविटी करते हैं, कुछ कमर्शियल एक्टिविटी भी होंगी है, जिम्मे मैसा वगैरह है इस एरिए। ठीक है। सो जो इतने घटना वापरी हैगी है, बड़ी दुखदायी घटना हैगी है। कुछ बच्चा बच्चों भी इंजरीज हुई हैं, तो एक लेडीज़ भी सी मेरे ख्याल। हाँ जी, कितने बच्चे इंजर्ड हुए? मेरे ख्याल तीन चार बच्चे थे जी। तीन बच्चे एक जनानी। प्रवासी ने कौन? हाँ जी, प्रवासी है। कुछ सब्जियां बेचते है, कुछ अपना मैसा चलाते हैं। ठीक है, सर देखो इन्वेस्टिगेशन का मैटर हैगा। ठीक है, तो लुधियाना पुलिस इन्वेस्टिगेट करेगी कि इतने सिलेंडर उन्होंने भरे है, की किया है वो देखेंगे। वैसे जो सुनने आया है, कुछ लोग गल्ला कर भी रहे हैं। ठीक है, जे ऐसी कोई एक्टिविटी हो रही है तो लुधियाना पुलिस ने वाल ध्यान देना चाहिए है। ठीक है, तो इदा दी कोई भी एक्टिविटी जी रिहायशी इलाके जी कमर्शियल एक्टिविटी होंगी है रोकना चाहिए है। फिलहाल दस दिए कि मौके पर कौंसलर भी मौजूद सन। इस सिलेंडर भरने बारे कभी कोई गल नहीं हुई, हमेशा असी इधर साडा गेड़ा लगता रहा और ना कभी असी देखे है। बीसी चलदियाँ वो इतने कोई 35 तो लैके 40 के लगभग इदा के पंजाबी ढाबे चल रहे हैं, जोड़ा कि जितों लेबर का खाना बन के लेबर न खिलाया जाता। और अज जी घटना वापरी बड़ी माड़ी है, इस दे लिए असी दुख जाहर करते हैं। इदा द जे कम हो रहा सी सिलेंडर जी घटना सी कौन सी कितने के रहने वाले थे बंदे जेडे कि अज ब्लास्ट होया किस तरह होया सारा मेहरबान जी दी। तीन बच्चे एक लेडी से उन्होंने बच्चे की माँ है जी। चार मैंबर जिन्होंने होस्पिटल लैके गए है, जो जस्ट आए साढ़े तो पहले उन्होंने एंबूलेंस च लैके सी। कंडीशन तो हूँ मेरे आने तो पहले लैके उन्होंने होस्पिटल, हूँ जाके पता लगेगा की कंडीशन। पर तीन बस्ती बनी सिंह का वाकया है, उत्थे पता लगा सी कि इत्थे घर विच अग सिलेंडर फटन करके अग लग गई है। ये अपने मियाँ बीवी ते तीन बच्चे सी ते उन्हां दे अग लगी है। सर इक्को फैमिली दे मैंबर सी? हाँ, इक्को फैमिली दे मैंबर सी। ते किन्ने कुल किन्ने मैंबर सी? ये कुल अपने तीन बच्चे इन्हां दे ते मियाँ बीवी है। ये सर प्रवासी सी कि पंजाबी सी? ये प्रवासी सी ते ये घर विच अपने उत्थे मैस चलाउंदे सी। सर पता लगा सिलेंडर भी भरदे सी इत्थे? ये इहदे बारे क्लीयर नहीं होया सर। उसे सिलेंडर भरन दी पाइपां मिलियां सानू? सिलेंडर उत्थे चार दो तीन छोटे सिलेंडर ते एक अपने वड्डा सिलेंडर मिलिया। ते सर जिद्दां हुण देखिया वी इहनां दी हालत किद्दां हुण? हालत अजे तक गंभीर। लुधियाना तो कुलबीर राही दी स्पेशल रिपोर्ट दे नाल ब्यूरो रिपोर्ट दा टीवी NRI। बठिंडा दी लाल सिंह बस्ती विच रहण वाले श्रोमणी अकाली दल यूथ दे आगू सुखनप्रीत सिंह संधू दा पिछली रात किसी व्यक्ति ने सिर दे विच गोली मार के कतल कर दिता सी। बठिंडा पुलिस ने पिछली रात होए श्रोमणी अकाली दल यूथ आगू दे कातल नूं हुण आखिरकार कुछ ही घंटिया दे विच गिरफ्तार कर लिया। मृतक दा रिवोल्वर अते नकदी भी बरामद कर ली गई है। बठिंडा की लाल सिंह बस्ती विच रहन वाले श्रोमणी अकाली दल यूथ के आगू सुखनप्रीत सिंह संधू का पिछली रात किसी व्यक्ति ने सिर दे विच गोली मार के कतल कर दिता सी अते उसके पैसे ते लसंसी रिवालवर भी गायब सी। SSP भुपिंदरजीत सिंह विर्क ने जानकारी देंदे हुए दस्या कि CIA स्टाफ 2 की पुलिस ने जांच करदिया होया इस दे दोषी नूं गिरफ्तार कर लिया है। देखो बठिंडा तो अवतार सिंह कैंथ की रिपोर्ट। ਫਿਰ ਜਿਹੜੀਆਂ ਉਹਦੀਆਂ ਫੋਟੋਆਂ ਵਾਇਰਲ ਹੋਈਆਂ ਜੀ, ਜਿਵੇਂ ਸਕੂਟੀ ਦੇ ਉੱਤੇ ਇੱਕ ਲੱਤ ਉੱਪਰ ਆ ਇੱਕ ਥੱਲੇ ਆ, ਵੀ ਐਂ ਨਹੀਂ ਲੱਗਦਾ ਪਿੱਛੇ ਬਹਿ ਕੇ ਉਹਨੇ ਕੋਈ ਫਾਇਰ ਕੀਤਾ ਹੋਵੇ ਜਾਂ? ਨਹੀਂ, ਪਿੱਛੇ ਬਹਿ ਕੇ ਨਹੀਂ ਹੋਇਆ। ਇਹ ਕੈਸ਼ 40 ਆ ਰਹੀ ਹੈ ਪੂਰਾ? 30 ਆ। 30 ਆ ਸਰ। ਕਿੰਨੇ ਜਣੇ ਸੀ? ਸਿੰਗਲ ਸੀ।
ਮੈਸੇਜ ਕਰ ਲਓ ਚਲੋ ਆਪਾਂ ਆਪ ਦੀ ਰਿਕਾਰਡ ਕਰ ਲਿਆ ਵੀ ਇਨਵੈਸਟੀਗੇਸ਼ਨ ਕਰਨਾ ਜੀ ਰਿਮਾਂਡ ਲਵਾਂਗੇ ਫਰਦਰ ਜੋ ਸਾਡੇ ਕੋਲ ਆਇਆ ਉਹ ਲੇਡੀਜ਼ ਦਾ ਜਿਹੜਾ ਮਰਡਰ ਹੋਇਆ ਸੀ ਜੋ ਉਹਦੇ 'ਚ ਵੀ ਸਾਡੇ ਕੋਲ ਲੀਡ ਹੈਗੀ ਹੈ ਔਰ ਉਹ ਵੀ ਛੇਤੀ ਹੀ ਅਸੀਂ संजय ठाकुर है जिन्होंने इस केस दे विच अरेस्ट की है जो इनिशियली इन्वेस्टिगेशन दे विच गल सामने आई है कुछ पैसे सुखमनप्रीत ने उहदे तों अराउंड 3 लाख रुपीज संजय तो ले सके इंटरेस्ट पे और ना ही उन्होंने कोई पैसा वापस किया जिस तो 4 तरीक आया सीगा भी ये सुखमनप्रीत उन्होंने कुछ अमाउंट वापस करेगा अराउंड 1 लाख रुपीज बट जो डेजिग्नेटेड प्लेस से जिथे पैसे हैंडओवर करने से उत्थे इन्हों का आपस तकरार होया क्योंकि वो पैसे उन पर भी पूछगिछ जो आया भी उन्हें पैसे जिन्हें कहे से देन उन्हें नहीं सी लेके आया उत्थे उन्हों का आपस तकरार होया सुखमनप्रीत अपना लाइसेंसी वैपन कैरी कर रहा है वो उत्थे खो के उसे गोली मारी गई संजय वालों तो असी जो वैपन सीगा वरत्या गया 32 बोर पिस्टल जो सुखमनप्रीत का सीगा विद उसका लाइसेंस सारा रिकवर कर लिया है अक्यूज संजय कुमार को जरा 40,000 रुपया सुखमनप्रीत कैरी कर रहा है वो 10,000 रुपया उसने खर्चा तो 30,000 रुपया असी रिकवर किया ਇਹਨਾਂ ਦੀ ਆਪਸ 'ਚ ਸਵੇਰੇ ਫੋਨ 'ਤੇ ਗੱਲਬਾਤ ਹੋਈ ਸੀ ਰਾਤ ਨੂੰ ਵੀ ਹੋਈ ਹੈ ਜਦੋਂ ਇਹਨੇ ਇਹਦੀ ਮਦਰ ਨੇ ਵੀ ਲਿਖਾਇਆ ਵੀ ਕਿਸੇ ਨੂੰ ਇਹਨੇ ਪੈਸੇ ਦੇਣ ਜਾਣੇ ਹੈਗੇ ਅਜੇ ਪੇਸ਼ ਕਰਾਂਗੇ ਜੀ ਕੱਲ੍ਹ ਸਵੇਰੇ ਫਿਰ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਪੁੱਛਗਿਛ ਕਰਾਂਗੇ ਜੋ ਫਰਦਰ ਇਨਵੈਸਟੀਗੇਸ਼ਨ ਚਾਹੇਗਾ ਉਹ ਅਸੀਂ ਤੁਹਾਨੂੰ ਦੱਸਾਂਗੇ ਨਹੀਂ ਜੀ ਇੱਥੇ ਕੋਈ ਪਹਿਲਾਂ ਮਾਮਲਾ ਦਰਜ ਨਹੀਂ ਹੈਗਾ अक्सर कुछ गैर जिम्मेवार पुलिस अधिकारियों के करके पूरी पंजाब पुलिस नूं शर्मसार होना पैंदा है। कुछ अजिहा ही मामला सामने आया है अमृतसर के थाना कंटेनमेंट के अधीन पैंदे गुमटाला पुलिस चौकी का जिथे नशे च टली SI विजय कुमार ने अपने ही दो पुलिस मुलाजमान के नाल काफ़ी कुटमार की। दसन योग है कि पुलिस मुलाजम शराब के नशे दे विच सी। आओ तुहानू अमृतसर तो तस्वीर विखाउने आ। अक्सर कुछ गैर जिम्मेवार पुलिस अधिकारियों करके पूरी पंजाब पुलिस नूं शर्मसार होना पैंदा है। अते कुछ अजिहा ही मामला सामने आया है अमृतसर के थाना कंटोनमेंट के अधीन पैंदे गुमटाला पुलिस चौकी का जिथे नशे च टली हुए ASI विजय कुमार ने अपने ही दो पुलिस मुलाजमान नाल काफ़ी कुटमार की जिसकी वीडियो सोशल मीडिया से काफ़ी वायरल हुई। जदों इस संबंधी असी थाना कंटेनमेंट के SHO नाल गलबात की तो उन्होंने फोन पर ही दस्या कि उन्होंने वालों इस मामले पर कार्रवाई की जा रही है। कार्रवाई करते हुए ASI लाइन हाजिर कर दिया गया है। हुण मामले की जांच की जा रही है और जांच तो बाद ही बनती अगली कार्रवाई की जाएगी। देखो अमृतसर तो मुकेश मेहरा की रिपोर्ट। जी TVNRI तो मुकेश गल कर रहे हैं जी। हाँ जी जी एक ना कल दी वीडियो वायरल हो रही है दो पुलिस मुलाजमान दे झगड़े दी गुमटाला थाने दी की मामला है दसो। हाँ ओ इन्हां दी लड़ाई हुई सी आपस च कोई ड्रिंक वगैरह कीती हुई सी। हाँ जी ते इन्हां दी लड़ाई हुई आपस च। अच्छा अच्छा ते की कारवाई वगैरह की कीती जा रही है इन्हां ते। कारवाई है जे ते नु असीं लाइन च दी बदली कर दित्ती हुई है तुहाडा खर्चा ते इन्हां दी फर्दर रेदे ते एक्शन वास्ते लिख के भेज दित्ता होया उपर। ਠੀਕ ਹੈ ਕਿ ਕਿਹੜੇ ਮੁਲਾਜ਼ਮ ਦੇ ਲਾਈਨ ਹਾਜ਼ਰ ਕੀਤਾ ਦੱਸੋਗੇ ਕਿ ਮੜਾ ਇਹ ਅਸਾ ਹੀ ਹੈ ਜੀ ਆਪਣੇ ਵਿਜੇ ਕੁਮਾਰ। ਅੱਛਾ ਜਿਹੜੇ ਗੁਮਟਾਲਾ ਚੌਂਕੀ ਚ ਤਨਾਤ ਸੀ। ਹਾਂ ਜੀ ਲਾਈ ਡਿਊਟੀ ਤੇ। ਠੀਕ ਹੈ ਠੀਕ ਹੈ ਉਹਨਾਂ ਨੂੰ ਲਾਈਨ ਹਾਜ਼ਰ ਕਰਤਾ। ਹਾਂ ਜੀ ਠੀਕ ਹੈ ਥੈਂਕ ਯੂ ਸਰ।
ਪਿਛਲੇ ਕਾਫੀ ਲੰਬੇ ਸਮੇਂ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਦੇ ਵਿੱਚ ਤੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਵਿੱਚ ਕਾਫੀ ਵਿਵਾਦ ਚੱਲਦਾ ਆ ਰਿਹਾ ਸੀ ਅਤੇ ਹੁਣ ਇਸ ਵਿਵਾਦ ਦੇ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਐਂਟਰੀ ਮਾਰੀ ਹੈ। ਜੀ ਹਾਂ, ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਐਂਟਰੀ ਹੋਈ ਹੈ ਅਤੇ ਉਹਨਾਂ ਨੇ ਹਜ਼ੂਰੀ ਰਾਗੀਆਂ ਤੇ ਹੈੱਡ ਗ੍ਰੰਥੀ ਜਗਤਾਰ ਸਿੰਘ ਦੇ ਮਨ ਮੁਟਾਵ ਦੂਰ ਕੀਤੇ ਨੇ। पिछले काफी लंबे समय तो श्री दरबार साहब के हजूरी रागियां विच अते श्री दरबार साहब के हैड ग्रंथी जगतार सिंह विच काफी वाद विवाद चलता आ रहा है अते यह वाद विवाद काफी सुर्खियां विच भी सी। इस संबंधी हजूरी रागियां वालों श्री अकाल तख्त के जथेदार साहब नूं भी मंग पत्र दिता गया सी, लेकिन उन्हां वालों हजूरी रागियां की कोई भी सुनवाई ना की गई, जिस तों बाद हजूरी रागियां वालों प्रैस वार्ता करके संगत की कचहरी विच अपना पक्ष रख्या गया। ਅਤੇ ਕਾਫੀ ਲੰਬੇ ਸੰਘਰਸ਼ ਤੋਂ ਬਾਅਦ ਅੱਜ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਹੋਣਾ ਨੂੰ ਇਕੱਠੇ ਬਿਠਾ ਕੇ ਉਹਨਾਂ ਦੇ ਮਨ ਮੁਟਾਵ ਦੂਰ ਕੀਤੇ ਗਏ। ਦੇਖੋ ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ। ਦੇ ਅੰਦਰ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ ਤਾਂ ਤੁਸੀਂ ਬੰਦ ਕਰਾ ਦਿਓ। ਇਹ ਕਿਹੜੀ ਮਰਿਆਦਾ, ਕਿੱਥੋਂ ਦੀ ਮਰਿਆਦਾ, ਕੋਈ ਰੋਕ ਸਕਦਾ? ਚੱਲਦਾ ਕੀਰਤਨ ਧੰਨਵਾਦ ਜੀ ਆਇਆਂ ਨੂੰ, ਭਾਈ ਬਲਜੀਤ ਸਿੰਘ ਪਠਾਨਕੋਟ ਵਾਲੇ, ਹੋਰ ਸਾਰੇ ਸੱਜਣ, ਵਾਹਿਗੁਰੂ ਜੀ ਕੀ ਫਤਿਹ। ਮੁੰਡਿਆਂ ਨੂੰ ਸਭ ਤੋਂ ਲਾਸਟ ਉਹਨਾਂ ਤੋਂ ਬਾਅਦ ਨਹੀਂ ਬੋਲੀਦਾ, ਬੰਦੇ ਹਾਲੀ ਕੱਢੇ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਔਰ ਜੋ ਪਿਛਲੇ ਦਿਨਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਦਾ ਅਤੇ ਔਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਜੋ ਮਸਲਾ ਪਿਛਲੇ ਦਿਨਾਂ 'ਚੋਂ ਚੱਲ ਰਿਹਾ ਸੀ, ਜੋ ਮਤਭੇਦ ਜਾਂ ਮਨ ਮੁਟਾਵ ਕੁਝ ਗੱਲਾਂ ਕਰਕੇ ਹੋਏ ਸਨ, ਔਰ ਅੱਜ ਸਾਰੇ ਸਾਡੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਔਰ ਰਾਗੀ ਸਿੰਘਾਂ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਗਈ ਹੈ, ਔਰ ਸਾਰੀ ਗੁਰੂ ਰਾਮਦਾਸ ਮਹਾਰਾਜ ਦੀ ਬੜੀ ਕਿਰਪਾ ਹੋਈ ਹੈ, ਉਹ ਸਾਰੀਆਂ ਗੱਲਾਂ ਬਾਤਾਂ ਬਹੁਤ ਵਧੀਆ ਮਾਹੌਲ ਦੇ ਵਿੱਚ ਹੋਈਆਂ। ਜੋ ਆਪ 'ਚ ਗੱਲਾਂ ਬਾਤਾਂ ਸੀਆਂ, ਇੱਕ ਦੂਜੇ ਦੀਆਂ ਤਾਂ ਕਲਾਮੀਆਂ ਸੀ, ਸਾਰੀਆਂ ਜਿਹੜੀਆਂ ਸੀਆਂ ਉਹ ਦੂਰ ਹੋ ਗਈਆਂ। ਸੋ ਅੱਜ ਸਾਰਿਆਂ ਨੇ ਗੱਲਾਂ ਬੱਕਰੀ ਪਾ ਕੇ ਗੁਰੂ ਰਾਮਦਾਸ ਮਹਾਰਾਜ ਦਾ ਧੰਨਵਾਦ ਕੀਤਾ ਕਿ ਅਸੀਂ ਗੁਰੂ ਮਹਾਰਾਜ ਨੇ ਸਾਨੂੰ ਸੇਵਾ ਬਖਸ਼ੀ ਹੈ। ਇਸੇ ਤਰ੍ਹਾਂ ਜਿਹੜੀ ਹੈ ਸੇਵਾ ਨਿਰੰਤਰ ਸ਼ਰਧਾ ਸਤਿਕਾਰ ਦੇ ਨਾਲ ਸਾਰੇ ਪ੍ਰੇਮ ਭਾਵਨਾ ਦੇ ਨਾਲ ਅਸੀਂ ਸਾਰੇ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਵੇਂ ਕਿ ਆਪਾਂ ਪਹਿਲੀ ਮੀਟਿੰਗ ਦੇ ਵਿੱਚ ਹੀ ਆਪਦੀਆਂ ਦੇ ਸਨਮੁੱਖ ਇਹ ਰੱਖਿਆ ਸੀਗਾ ਵੀ ਸਿੰਘ ਸਾਹਿਬ ਜੀ ਨਾਲ ਜੋ ਵੀ ਸਾਡਾ ਮਤਭੇਦ ਜੋ ਉਭਰ ਕੇ ਆਏ ਸਨ ਸਾਰੇ, ਕਈ ਵਾਰੀ ਗਲਤ ਫਹਿਮੀਆਂ ਹੋ ਜਾਂਦੀਆਂ ਨੇ ਕਿਉਂਕਿ ਪ੍ਰਬੰਧ ਬੜਾ ਵੱਡਾ ਹੈ, ਅਤੇ ਸਿੰਘ ਸਾਹਿਬ ਜੀ ਦੀ ਭਾਵਨਾ ਵੀ ਸਾਨੂੰ ਹਮੇਸ਼ਾ ਇੱਥੇ ਕੀਰਤਨ ਕਰਕੇ ਦੇਖਣਾ ਚਾਹੁੰਦੇ ਨੇ ਚੜ੍ਹਦੀ ਕਲਾ ਦੇ ਵਿੱਚ। ਅਤੇ ਆਪਾਂ ਹੁਣ ਬਾਕੀ ਗੱਲਾਂ ਸਾਰੀਆਂ ਨੂੰ ਸਮੇਟ ਕੇ ਧੰਨ ਗੁਰੂ ਰਾਮਦਾਸ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ, ਪ੍ਰਧਾਨ ਜੀ ਆਪ ਆਏ ਨੇ, ਸਕੱਤਰ ਸਾਹਿਬਾਂ ਨਾਲ ਨੇ, ਅਤੇ ਸਿੰਘ ਸਾਹਿਬ ਜੀ ਨੇ ਸਾਰੇ ਰਾਗੀ ਸਿੰਘਾਂ ਨੂੰ ਆਪਣੀ ਗਲਵਟ ਵਕੜੀ ਦੇ ਵਿੱਚ ਲੈ ਕੇ ਨਿਵਾਜਿਆ ਹੈ। ਸਿੰਘ ਸਾਹਿਬ ਜੀ ਦਾ ਧੰਨਵਾਦ, ਪ੍ਰਧਾਨ ਜੀ ਦਾ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਠਾਨਕੋਟ ਸ਼ੁਕਰ ਹੈ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੇ ਰਾਗੀ ਸਿੰਘਾਂ ਦੇ ਸਿਰ ਤੇ ਹੱਥ ਰੱਖਿਆ ਹੈ। ਸਿੰਘ ਸਾਹਿਬ ਜੀ ਨੇ ਅਸੀਸ ਦਿੱਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੋ ਪਿਛਲੇ ਦਿਨੀ ਮੇਰੇ ਅਜ਼ੀਜ਼ ਬੱਚਿਆਂ ਨੇ, ਮੇਰੇ ਵੀਰਾਂ ਨੇ ਕੋਈ ਮੇਰੇ ਬਾਰੇ ਭੜਾਸ ਕੱਢੀ ਸੀ, ਅੱਜ ਸਾਡੇ ਮਾਣਯੋਗ ਪ੍ਰਧਾਨ ਜੀ ਜਥੇਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਸਰਦਾਰ ਰਜਿੰਦਰ ਸਿੰਘ ਜੀ ਮਹਿਤਾ, ਸਰਦਾਰ ਮਹਿੰਦਰ ਸਿੰਘ ਜੀ ਆਹਲੀ, ਸਰਦਾਰ ਸੁਖਦੇਵ ਸਿੰਘ ਜੀ ਪੂਰਾ, ਸੋ ਸਾਰੇ ਗੁਰਮੁਖਾੜੇ ਬੈਠ ਕਰਕੇ ਭਾਈ ਓਮਕਾਰ ਸਿੰਘ ਜੀ, ਭਾਈ ਗੁਰਦੇਵ ਸਿੰਘ ਜੀ ਘੁਆੜਕਾ, ਭਾਈ ਸਤਰਾਮ ਸਿੰਘ ਜੀ ਘੁਆੜਕਾ,
भाई गुरदेव अपना दविंदर सिंह जी, भाई चुकेन सिंह जी और भाई करदैल सिंह जी, भाई कुलदीप सिंह जी, सारे ही गुरमुखा प्यारियां ने रल मिल के ये जड़ा कोई भरम सीगा वो दूर किया। सतगुरु रामदास सच्चे पातशाह जी का पठानकोट शुक्र है। वाहिगुरु जी का खालसा वाहिगुरु जी की फतेह। जिला होशियारपुर के ब्लाक टांडा उड़मड़ अधीन पैंदे पिंड जहूजा जो कलयुग दे विच अपनी ही पहचान दे लई इधर उधर धक्के खा रहे तुहानू दस दिए कि किले दे रूप दे विच ओ बन के बैठा होया है, पर हुण उसनू नजायज माइनिंग दा शिकार होना पै रहा है। माइनिंग दा गोरख धंधा करन वालियां ने अपनी लपेट दे विच इस किले नू लै लिया है अते हुण अपनी पहचान बचाउण दे लई लोकां दे वल तक रहे। आओ वेखो होशियारपुर तों रिपोर्ट। टांडा उड़मुड़ अधीन पैंदे पिंड जहूरा जो कदे राजा चनमेजा की नगरी नाल जानिया जांदा सी ते जिथे राजे दे किले दे नज़दीक ब्यास दरिया वगिया करदा सी, जिसनू देखण दे लई अज वी वड्डी गिनती दे विच लोक इत्थे पहुँचदे ने। पर कई राज अपने सीने विच छिपाई बैठा यह किला अज अपनी रोंद बचाउण दे लई लोकां वल देख रहा है, क्योंकि नजायज़ माइनिंग करन वालियां दी इत्थे पैड़ी नज़र लग गई है। अजकल यह इतिहासक किला नजायज़ माइनिंग वालियां दा शिकार हो गया है, जिथे अजकल तड़ले दे नाल नजायज़ माइनिंग दा गोरख धंधा प्रशासन दी नक हेठ चल रहा है, पर प्रशासन दे सिर ते जूं तक नहीं सरकदी। देखो पिंड दे लोकां दा की कहना है। होशियारपुर तो गुरदीप सिंह दी रिपोर्ट दा टीवी NRI। सरपंच साहब, जेकर गल करिए पिंड जहूरा दी, इह भारत दे इतिहास दे नाल जुड़िया होया पिंड है और इत्थे दा जिहड़ा किला है भारत दे इतिहास दे विच किला है, राजे जनमेजे का किला के नाम नाम जाने जाता है, पर अज उस किले को ढा लगाई जा रही है, उस किले के नजायज़ माइनिंग हो रही है, तुसीं उहदे बारे की कहना चाहते हो? वो इदा है भाजी भी जिहड़ा साडे नाल किला हैगा, ये बिल्कुल तुहाडी गल ठीक आ, असीं तुहाडी गल नाल सहमत हाँ कि इतिहासक आ, वो राजे जनमेजे का किस टाइम शहर हुंदा सी। साडी पंचायत जदों लगभग अज तो 1.5-2 साल पहला जिहड़ी माइनिंग हुई है बहुत ज़्यादा हुई वा, हुण वो जी असी उत्ते रोक भी लाई आ, लेकिन वो जेडे किला आदि लोगों की जी अपनी जमीन आचों भी वह अपनी जमीन पद्धरी करने लिए मिट्टी चक रहे। पर एक सरकार वालों हुक्म जारी किए जाते कि 1.5 फुट तो वादी खुदाई जी कोई नहीं कर सकता, पर यह तो घट्टो घट 50-50 फुट जी मिट्टी है ये चकी जा रही है। सर इदा ना भी वो जिनी भी वह है जमीन आ उस ज़्यादा तुम देखे होना उतों ही आए होने वो पत्थर वा जा रोड़े आ जा इदा दीज़ा वो बहुत खेती योग नहीं हैगी, इस करके उन्होंने थोड़ा बहुत जरा खेत पदरा कर रहे भी चलो साड़ी खेती किस तरह हो जाए। शुभ सिंह जी, जो गल करिए असी तो अपना पिंड जो जहूरा है बड़ा इतिहासक पिंड है और इस पिंड का जो ना भारत वंश के न जुड़िया हुआ है, पर इतने का जो किला है वो बारे की कहना चाहते तुम? किला जी राजे जरमेजे जरमेजे का किला आ, जो ये अपने चार किले आ तो सारे लोगों ने पट लिया आ, कुछ मल्या आ तो ये बारे कोई उपरों कोई आर्डर आए फिर ही हो सकता है क्लीयर का काम, तो बाकी जो हम पट रहे हैं वो बारे कई बार यही कह भी तुम नाप ना पट्टो, रास्ते सारे अपने खराब हो जाते हैं, पिछे पिछे जी एक डेड बॉडी आई फौजी आर्मी की, रास्ता इन्ना खराब सीगा मैं खुद उठे ट्रालियां रो रो के मिट्टी पवाई, और बाद च मैनू ही कहते लत्त बढ़ देनी है, मतलब मैंने जी है इतने बड़े धड़ल चल रही है। हाँ जी, तो ये प्रशासन जोड़ा है कोई कहीं ध्यान च लिया? सर प्रशासन आता है वो भी तुम्हें पता ही अपने खा पी चले जाते हैं। ਤੁਸੀਂ ਕੀ ਮੰਗ ਕਰਦੇ ਹੋ? ਹੁਣ ਮੈਂ ਮੰਗਾਂ ਇਹ ਮਿੱਟੀ ਜੋ ਚੱਲ ਰਹੀ ਆ ਇਹਦਾ ਉਹ ਬੰਦ ਹੋਣਾ ਚਾਹੀਦਾ ਆ। ਤੁਹਾਡੇ ਵੱਲੋਂ ਵੀ ਮੇਰੇ ਧਿਆਨ 'ਚ ਲਿਆਉਂਦਾ ਗਿਆ ਕਿ ਉੱਥੇ ਮਾਈਨਿੰਗ ਚੱਲ ਰਹੀ ਹੈਗੀ ਹੈ, ਅਤੇ ਜੇ ਇੱਦਾਂ ਦੀ ਕੋਈ ਵੀ ਗੱਲ ਹੈ ਤਾਂ ਅਸੀਂ ਚੈਕਿੰਗ ਜ਼ਰੂਰ ਕਰਾਵਾਂਗੇ। ਸੋ ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ, ਹੋਰ ਖਬਰਾਂ ਵੇਖਣ ਦੇ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ ਦਾ TV NRI ਦੇ ਨਾਲ।